ਹਮੇਸ਼ਾ ਸ਼ਾਂਤ ਰਹਿਣ ਵਾਲੇ ਤੇ ਮੀਡੀਆ ਤੋਂ ਦੂਰੀ ਬਣਾਉਣ ਵਾਲੇ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੁਣ ਖੁੱਲ ਕੇ ਸਾਹਮਣੇ ਆਉਣ ਲੱਗੇ ਨੇ ਤੇ ਵਿਰੋਧੀਆਂ ਤੇ ਖੂਬ ਤੰਜ ਵੀ ਕੱਸ ਰਹੇ ਨੇ। ਜੀ ਹਾਂ, ਬੀਤੇ ਦਿਨੀ ਮਨਪ੍ਰੀਤ ਬਾਦਲ ਬਠਿੰਡਾ ਪਹੁੰਚੇ ਜਿੱਥੇ ਉਹਨਾਂ ਨੇ ਅਕਾਲੀ ਦਲ ਤੇ SCPC ਦੇ ਨਿਸ਼ਾਨੇ ਸਾਧੇ ਤੇ ਸ਼ਬਦੀ ਚਪੇੜਾਂ ਮਾਰੀਆਂ। ਉਹਨਾਂ ਮੁਤਾਬਕ SCPC ਅਕਾਲੀ ਦਲ ਦੀ ਜੇਬ ਦੀ ਘੜੀ ਤੇ ਹੱਥਾਂ ਦੀ ਛੜੀ ਹੈ। ਇਹ ਵਿਅੰਗਮਈ ਬਾਰ ਬਾਦਲ ਸਾਹਿਬ ਨੇ SCPC ਤੇ ਅਕਾਲੀ ਦਲ ਤੇ ਇਸ ਕਰਕੇ ਕੀਤੇ ਕਿਉਂਕਿ ਮੀਡੀਆ ਨੇ ਪੰਜਾਬ ਸਰਕਾਰ ਤੇ SCPC ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸਹਿਮਤੀ ਨਾ ਬਣਨ ਤੇ ਸਵਾਲ ਕੀਤਾ ਸੀ, ਜਿਸ ਦਾ ਜਵਾਬ ਮਨਪ੍ਰੀਤ ਬਾਦਲ ਨੇ ਤਿੱਖੇ ਸ਼ਬਦਾਂ 'ਚ ਦਿੱਤਾ। ਮੈਨੂੰ ਲੱਗਦਾ ਕੋਈ ਕਿਸਮਤ ਦੀ ਖੋਟ ਹੈ, ਇਹ ਪੰਜਾਬੀ ਜਿਹੜੇ ਹੈ ਕਿਸਮਤ ਦੀ ਖੋਟ ਹੈ ਜੇ ਸੁਖਬੀਰ ਬਾਦਲ ਜਾਂ ਉਹਨਾਂ, ਕਿਉਂਕਿ ਇਹ ਤਾਂ ਤੁਸੀਂ ਵੀ ਜਾਣਦੇ ਹੋ ਸਾਰੇ, ਔਰ ਕਿ ਜਿਹੜੀ SGPC ਹੈ ਇਹ ਅਕਾਲੀ ਦਲ ਦੇ ਜੇਬ ਦੀ ਘੜੀ ਹੈ, ਉਹਨਾਂ ਦੇ ਹੱਥ ਦੀ ਛੜੀ ਹੈ। ਇਹ SGPC ਦੇ ਜਿਹੜੇ ਫੈਸਲੇ ਹੁੰਦੇ ਆ ਇਹ ਤੁਹਾਨੂੰ ਵੀ ਪਤਾ ਹੈ ਔਰ ਪੰਜਾਬ ਦੀ ਜਨਤਾ ਨੂੰ ਵੀ ਪਤਾ ਹੈ। ਔਰ ਅਕਾਲੀ ਦਲ ਕਿੰਨਾ ਤੰਗ ਦਿਲ ਹੋਣਾ ਹੈ, ਕਿੰਨਾ ਕਮਜ਼ਰਫ ਹੋਣਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ 550ਵਾਂ ਪ੍ਰਕਾਸ਼ ਉਤਸਵ ਹੈ, ਜੇ ਅਸੀਂ ਉਹ ਵੀ ਇਕੱਠੇ ਹੋ ਕੇ ਨਹੀਂ ਮਨਾ ਸਕਦੇ ਤਾਂ ਗੁਰੂ ਨਾਨਕ ਸਾਹਿਬ ਦੇ ਦਿਖਾਏ ਹੋਏ ਰਸਤੇ 'ਤੇ ਜਾਂ ਉਹਨਾਂ ਦੇ ਏਕਾਬਾਦ 'ਤੇ ਅਸੀਂ ਕਿੱਥੋਂ ਪੂਰੇ ਆਵਾਂਗੇ। ਮਤਲਬ ਇਹ ਕਿਸਮਤ ਦੀ ਖੋਟ ਹੈ ਪੰਜਾਬ। ਨਾਲ ਹੀ ਮਨਪ੍ਰੀਤ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਹਰਿਆਣਾ 'ਚ ਜਿੱਤ ਹਾਸਲ ਕਰਨ ਵਾਲੇ ਦਾਅਵਿਆਂ ਦੀ ਤੁਲਨਾ ਮੁਹਾਵਰਿਆਂ 'ਚ ਕੀਤੀ। ਦੇਖੋ ਸਾਬੇ ਤਾਂ ਕੋਈ ਜੋਤਸ਼ੀ ਦੱਸ ਸਕਦਾ ਹੈ ਸੀਟਾਂ। ਮੈਂ ਤਾਂ ਛੇ ਇਲੈਕਸ਼ਨ ਮੈਂ ਜ਼ਿੰਦਗੀ 'ਚ ਲੜਿਆ, ਉਹਦੇ 'ਚੋਂ 5 ਜਿੱਤਿਆ ਅਤੇ 1 ਹਾਰਿਆ। ਮੈਨੂੰ ਆਪਦੇ ਇਲੈਕਸ਼ਨ 'ਚ ਨਹੀਂ ਪਤਾ ਹੁੰਦਾ ਕਿ ਮੈਂ ਜਿੱਤਣਾ ਕਿ ਹਾਰਨਾ। ਮੈਂ ਕਾਂਗਰਸ ਦਾ ਜਾਂ ਮੈਂ ਹਰਿਆਣੇ 'ਚ ਕੀ ਪੇਸ਼ਨਗੋਈ ਕਰੂੰਗਾ ਜਦੋਂ ਮੈਂ ਆ ਜਿਹੜੇ ਹਲਕੇ 'ਚ ਮੈਂ ਤੁਰਿਆ ਫਿਰਦਾ ਔਰ ਮੈਂ 6 ਵਾਰੀ ਇਲੈਕਸ਼ਨ ਲੜਿਆ। ਮੈਨੂੰ ਆਪ ਨੂੰ ਵੀ ਖਬਰ ਨਹੀਂ ਹੁੰਦੀ ਕਿ ਮੈਂ ਜਿੱਤਣਾ ਜਾਂ ਹਾਰਨਾ, ਔਰ ਜੇ ਜਿੱਤਣਾ ਤਾਂ ਕਿੰਨੇ 'ਤੇ ਜਿੱਤਣਾ, ਜੇ ਹਾਰਨਾ ਤਾਂ ਕਿੰਨੇ 'ਤੇ ਹਾਰ। ਸੁਖਬੀਰ ਬਾਦਲ ਬੀਜੇਪੀ ਸਭ ਇਹਦਾ ਤਾਂ ਜਵਾਬ ਸੁਖਬੀਰ ਬਾਦਲ ਜਾਂ BJP ਦਾ ਜਿਹੜਾ ਕੋਈ ਜਿਹੜਾ ਤਰਜ਼ੀਆਕਾਰ ਹੈ ਉਹ ਜਾਂ ਉਹਨਾਂ ਦਾ ਕੋਈ ਸਪੋਕਸ ਪਰਸਨ ਹੈ ਉਹ ਦੇ ਸਕਦਾ। ਪਰ ਇੱਕ ਅੰਗਰੇਜ਼ੀ ਦਾ ਮੁਹਾਵਰਾ ਹੈ, ਇਹਨੂੰ ਗਲਤ ਨਾ ਲੈ ਲਿਆ ਜੇ, ਇੱਕ ਇਹ ਮੁਹਾਵਰਾ ਹੈ ਕਿ ਵੈਨ ਥੀਵਸ ਫਾਈਟ ਟਰੂਥ ਕਮਜ਼ ਆਊਟ, ਜਦੋਂ ਦੋ ਬੰਦੇ ਲੜਦੇ ਹੈ ਤਾਂ ਫਿਰ ਉਹ ਸੱਚ ਜਿਹੜਾ ਨਿਕਲ ਆਉਂਦਾ। ਸੋ ਮੈਨੂੰ ਲੱਗਦਾ ਕਿਸੇ ਹੱਦ ਤੱਕ ਸੁਖਬੀਰ ਵੀ ਸਹੀ ਹੋਣ। ਸਭ ਅੱਜ ਬਠਿੰਡੇ ਸ਼ਹਿਰ ਦਾ ਇੱਕ ਸਾਲੋ ਸਾਲ ਦਾ ਇੱਕ ਮਨਸੂਬਾ ਸੀ ਜਿਹਨੂੰ ਬਠਿੰਡੇ ਦੀ ਕਹਿ ਦਿੰਦੇ ਹਾਂ, ਔਰ ਕਈ ਦਹਾਕਿਆਂ ਤੋਂ ਇਹਦੇ 'ਚ ਕਾਨੂੰਨੀ ਅੜਚਨਾ ਸੀ ਔਰ ਇਹਦੇ ਵਿੱਚ ਪੈਸੇ ਦੀ ਕਮੀ ਕਰਕੇ, ਔਰ ਖਾਸ ਕਰਕੇ ਮੈਨੂੰ ਲੱਗਦਾ ਕਿਸੇ ਹੱਦ ਤੱਕ ਨੀਅਤ ਦੀ ਕਮੀ ਵੀ ਸੀ। ਪਰ ਬੜੇ ਸਾਲਾਂ ਬਾਅਦ ਇਹ ਜਿਹੜਾ ਮਨਸੂਬਾ ਹੈ ਫਾਈਨਲੀ ਇਹਦੀਆਂ ਸਾਰੀਆਂ ਕਾਨੂੰਨੀ ਅੜਚਨਾ ਵੀ ਖਤਮ ਹੋ ਗਈਆਂ, ਪੈਸੇ ਦੀ ਟੈਂਡਰ ਵੀ ਹੋ ਗਿਆ, ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਤਕਰੀਬਨ ਇਹ 94 ਕਰੋੜ ਦਾ ਪ੍ਰੋਜੈਕਟ ਸੀਗਾ ਔਰ ਇਹਦੇ 'ਚ 22% ਸੇਵਿੰਗ ਆਈ ਹੈ। ਤੁਸੀਂ ਦੇਖੋ ਨਾ ਐਡੇ ਵੱਡੇ ਪ੍ਰੋਜੈਕਟ 'ਚ ਐਡੀ ਵੱਡੀ ਸੇਵਿੰਗ ਹੋਣੀ, ਇਹ ਵੀ ਮੈਂ ਸਮਝਦਾ ਜਿਹੜਾ ਆਪਣਾ ਇੰਜੀਨੀਅਰਿੰਗ ਡਿਪਾਰਟਮੈਂਟ ਹੈ ਉਹਨਾਂ ਦੀ ਨੇਕ ਨੀਤੀ ਦਾ ਸਬੂਤ ਹੈ। ਬਹਰਹਾਲ ਇਹਦੇ ਨਾਲ ਕੀ ਹੋਏਗਾ ਕਿ ਸਾਡਾ ਜਿਹੜਾ ਟ੍ਰੈਫਿਕ ਦਾ ਨਿਜ਼ਾਮ ਹੈ
ਸਾਡਾ ਟ੍ਰੈਫਿਕ ਦਾ ਨਿਜ਼ਾਮ ਸੁਥਰਾ ਹੋ ਜਾਏਗਾ। ਜਿਹੜੀ ਵੀ ਇੰਟਰਸਿਟੀ ਗੱਡੀ ਹੈ ਜਿਹੜੀ ਕਿ ਮਾਨਸਾ ਸਾਈਡ ਤੋਂ ਜਾਂ ਚੰਡੀਗੜ੍ਹ ਸਾਈਡ ਤੋਂ ਆ ਰਹੀ ਹੈ, ਉਹ ਦੂਸਰੇ ਪਾਸੇ ਆ ਰਹੀ ਹੈ, ਰਿਫਾਈਨਰੀ ਦਾ ਸਾਰਾ ਟ੍ਰੈਫਿਕ ਹੈ, ਉਹਨਾਂ ਨੂੰ ਸ਼ਹਿਰ ਦੇ ਦਰਮਿਆਨ ਵਿੱਚ ਦੀ ਨਹੀਂ ਗੁਜ਼ਰਨਾ ਪਏਗਾ। ਔਰ ਸ਼ਹਿਰ ਜਿਹੜਾ ਸਾਡਾ ਇੱਕ ਕਿਸਮ ਦਾ ਟ੍ਰੈਫਿਕ ਤੋਂ ਕਾਫੀ ਹੱਦ ਤੱਕ ਸਾਨੂੰ ਇੱਕ ਕਿਸਮ ਦੀ ਰਿਲੀਫ ਮਿਲ ਜਾਏਗੀ। ਔਰ ਇਹਦੇ ਵਿੱਚ ਕੁਛ ਰੇਲਵੇ ਦਾ ਪੋਰਸ਼ਨ ਵੀ ਸੀ, ਜਿਵੇਂ ਮੈਂ ਕਿਹਾ ਕੁਛ ਨਵੀਂ ਐਕੁਜ਼ੀਸ਼ਨ ਕਰਨੀ ਸੀ। ਬਹਰਹਾਲ ਇਹ ਸਾਰਾ ਕੁਛ ਪਰਮਾਤਮਾ ਨੇ ਨੀਤ ਨੂੰ ਫਲ ਲਾਤਾ ਹੈ ਔਰ ਬੜੇ ਸਾਲਾਂ ਦੀ ਜਿਹੜੀ ਸ਼ਹਿਰ ਦੀ ਡਿਮਾਂਡ ਸੀ ਉਹ ਪੂਰੀ ਹੋਣੀ।